ਜੀ ਭਾਅ ਜੀ, ਇਹ ਸਾਰੇ ਨਾਮ ਆ ਡਿਫਰੈਂਟ ਡਿਫਰੈਂਟ ਵੀਰਾਂ ਭਰਾਵਾਂ ਵੱਲੋਂ ਮਾਨ ਕੀਤਾ ਗਿਆ ਆ ਪਲੇਅਰਾਂ ਦਾ, ਜਿੱਦਾਂ ਕਿ ਟਰੈਕਟਰ ਹੈਗਾ ਆ ਉਹ ਕਿਸੇ ਹੋਰ ਵੱਲੋਂ ਆ, ਹਾਰਲੇਜ ਹੈਗੇ ਆ ਬੈਸਟ ਰੇਡਰ ਅਤੇ ਜਾਫੀ ਵਾਸਤੇ, ਫਿਰ ਕੁਛ ਹੋਰ ਹਾਰਲੇ ਹੈਗੇ ਆ ਜਿਹੜੇ ਕੁਛ ਹੋਰ ਆ ਹਾਰਲੇ ਉਹ ਜਿੱਦਾਂ ਚੱਲਦੇ ਮੈਚ ਦੇ ਵਿੱਚ ਕਿਸੇ ਵੀਰ ਭਰਾ ਨੇ ਕਿਸੇ ਰੇਡਰ ਦੀਆਂ ਜਾਫੀ 'ਤੇ ਲਾਉਣੇ ਆ, ਇਹ ਉਸ ਤਰੀਕੇ ਨਾਲ ਹੋਊਗਾ। ਬਾਕੀ ਬੁਲਟ ਹੈਗੇ ਆ KTM, ਜਿੱਦਾਂ ਜਿੱਦਾਂ ਵੀਰ ਕੋਈ ਮਾਨ ਕਰੀ ਜਾਂਦਾ ਆ ਉੱਦਾਂ ਉੱਦਾਂ ਅਸੀਂ ਚੀਜ਼ਾਂ ਲਈ ਆਉਂਦੇ ਹਾਂ। ਜੇ ਕੱਲ੍ਹ ਨੂੰ ਕੋਈ ਹੁਣ ਕਹਿ ਦੇ ਵੀ ਯਾਰ ਮੇਰੇ ਵੱਲੋਂ ਦੋ ਮੋਟਰਸਾਈਕਲ ਹੋਰ ਕਰ ਲਿਓ, ਅਸੀਂ ਦੋ ਹੋਰ ਇੱਥੇ ਖੜ੍ਹੇ ਕਰ ਦੇਣੇ। ਜਿੱਦਾਂ ਕਿ ਆਲਰੇਡੀ ਇੱਕ ਟਰੈਕਟਰ 'ਤੇ ਦੋ ਮੋਟਰਸਾਈਕਲ ਹੋਰ ਆਉਣੇ ਆ ਕਿਸੇ ਵੀਰ ਭਰਾ ਨੇ, ਫੋਨ ਕੀਤਾ ਲਾਸਟ ਮਿੰਟ 'ਚ ਕਿ ਯਾਰ ਤੁਸੀਂ ਸਾਨੂੰ ਯਾਦ ਨਹੀਂ ਕੀਤਾ, ਅਤੇ ਮੈਂ ਕਿਹਾ ਚਲੋ ਠੀਕ ਆ। ਪਰ ਇੱਕ ਚੀਜ਼ ਅਸੀਂ ਭਾਅ ਜੀ ਜ਼ਰੂਰ ਕਰਨੀ ਆ, ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਅਸੀਂ ਭਾਅ ਜੀ ਇਹ ਪੇਪਰ ਜਦੋਂ ਉਸ ਬੰਦੇ ਨੇ ਡਾਕੂਮੈਂਟ ਦੇਣੇ ਨਾ ਸਾਨੂੰ, ਅਸੀਂ ਉਦੋਂ ਮੋਟਰਸਾਈਕਲ ਜਾਣ ਦੇਣਾ ਆ, ਕਿਉਂਕਿ ਪਿਛਲੀ ਵਾਰੀ ਬਹੁਤ ਪ੍ਰੋਬਲਮ ਹੋਈ ਸਾਨੂੰ ਵੀਰ ਭਰਾ ਮੋਟਰਸਾਈਕਲ ਲੈ ਗਏ, ਸਾਨੂੰ ਏਜੰਸੀ ਵਾਲੇ ਕਾਲ ਕਰਦੇ ਰਹੇ ਯਾਰ ਵੀ ਤੁਸੀਂ ਪੇਪਰ ਬਣਾਏ ਨਹੀਂ ਤਾਂ ਜਾਂ ਇੰਸ਼ੋਰੈਂਸ ਨਹੀਂ ਹੈਗੀ, ਅਸੀਂ ਪੇਪਰ ਅਤੇ ਇੰਸ਼ੋਰੈਂਸ ਸਾਰਾ ਕੁਝ ਆਪ ਕਰਕੇ ਦੇਵਾਂਗੇ, ਅਸੀਂ ਪੇ ਕਰਾਂਗੇ, ਬਟ ਉਹਨੂੰ ਡਾਕੂਮੈਂਟ ਜ਼ਰੂਰ ਦੇਣੇ ਪੈਣਗੇ ਜਿਹੜਾ ਵੀਰ ਭਰਾ ਜਿੱਤੂਗਾ। ਜੇ ਉਹਨੇ ਕਿਸੇ ਹੋਰ ਵੀਰ ਭਰਾ ਨੂੰ ਅਰੁਣੋਮ ਇੱਦਾਂ ਹੁੰਦਾ ਆ ਵੀ ਗਰਾਊਂਡ 'ਚ ਚੇਂਜ ਕਰ ਲੈਂਦੇ ਆ, ਜੋ ਕਰਦਾ ਜਿੰਨੇ ਵੀ ਇਹ ਲੈ ਕੇ ਜਾਣਾ ਆ ਨਾ ਭਾਅ ਇਸ ਜਗ੍ਹਾ ਤੋਂ ਲੈ ਕੇ ਜਾਣਾ, ਉਸਨੂੰ ਆਪਣੇ ਡਾਕੂਮੈਂਟ ਜ਼ਰੂਰ ਦੇਣੇ ਪੈਣੇ ਆ, ਨਹੀਂ ਤਾਂ ਸੋਰੀ ਆ ਅਸੀਂ ਇਹਨੂੰ ਲੈ ਕੇ ਜਾਣ ਨਹੀਂ ਦੇਣਾ। ਸਾਡੇ ਪ੍ਰਭਜੋਤ ਭਾਅ ਜੀ ਆ ਘੁੰਮਣ ਸਾਹਿਬ, ਉਹ ਹਮੇਸ਼ਾ ਹੀ ਇੱਦਾਂ ਦੀਆਂ ਚੀਜ਼ਾਂ ਹੀ ਕਰਦੇ ਆ, ਉਹ ਕਹਿੰਦੇ ਆ ਵੀ ਅਸੀਂ ਇੱਕ ਬੁਲਟ ਹੈਗਾ ਹਾਰਲੇ ਹੈਗਾ ਆ, ਇਹ ਪਹਿਲਾਂ ਸੀਗਾ ਜੀ ਪਲਸਰ, ਪਲਸਰ ਤੋਂ ਭਾਅ ਜੀ ਨੇ ਬੁਲਟ ਕੀਤਾ, ਫਿਰ ਉਹਨਾਂ ਨੇ ਹਾਰਲੇ ਕੀਤਾ, ਕਹਿੰਦੇ ਵੀ ਅਸੀਂ ਇੱਕ ਲੱਕੀ ਡਰੋਅ ਦੇ ਵਿੱਚੋਂ ਪਰਚੀ ਕੱਢਣੀ ਆ, ਜਿਹੜਾ ਇਹ ਲੱਕੀ ਡਰੋਅ ਹੈਗਾ ਆ ਅਸੀਂ ਉਸ ਬੰਦੇ ਨੂੰ ਦਿੱਤਾ ਜਾਣਾ ਆ ਜਿਹਦੇ ਦੀ ਵੀ ਪਰਚੀ ਨਿਕਲਦੀ ਆ, ਅਤੇ ਜਿਹੜਾ ਬੁਲਟ ਸੀਗਾ ਉਹ ਹੁਣ ਅਸੀਂ ਜਿਹੜੇ ਵੀ ਇੱਥੇ ਕਮੈਂਟੇਟਰ ਹੋਣੇ ਆ ਜਾਂ ਕੋਈ ਵੀ ਆਫੀਸ਼ਲਸ ਹੈਗੇ ਆ, ਜਿਹੜੇ ਵੀਡੀਓਗ੍ਰਾਫਰ ਲਾ ਲਓ ਭਾਅ ਜੀ, ਜਾਂ ਜਿਨ੍ਹਾਂ ਨੇ ਰੈਫਰੀ ਕਰਨੀ ਆ, ਉਹ ਜਿਹੜੇ 30-40 ਬੰਦੇ ਆ ਉਹਨਾਂ ਦੀ ਹੀ ਇਕੱਲੀ ਪਰਚੀ ਪਾਉਣੀ ਆ ਅਸੀਂ, ਉਹਨਾਂ ਵਿੱਚੋਂ ਕਿਸੇ ਇੱਕ ਦਾ ਆਪਾਂ ਬੁਲਟ ਕਰ ਦੇਣਾ, ਫਿਰ ਹੁਣ ਉਹ ਬੁਲਟ ਆਪਾਂ ਦਰਸ਼ਕਾਂ ਨੂੰ ਨਹੀਂ ਦੇਣਾ, ਆਫੀਸ਼ਲਸ ਨੂੰ ਦੇ ਦੇਣਾ, ਕਮੇਟੀ ਮੈਂਬਰ, ਇਹ ਗਾਰੰਟੀ ਆ ਭਾਅ ਜੀ ਮੇਰੀ, ਕਿਸੇ ਵੀ ਕਮੇਟੀ ਮੈਂਬਰ ਦਾ ਕੁਛ ਵੀ ਨਿਕਲਿਆ ਉਹਨੂੰ ਦਿੱਤਾ ਨਹੀਂ ਜਾਊਗਾ ਦੁਬਾਰਾ, ਅੱਬਲ ਤੇ ਉਹਨਾਂ ਨੂੰ ਅਲਾਊਡ ਹੀ ਨਹੀਂ ਹੈਗਾ ਪਰਚੀ ਪਾਉਣਾ, ਕਿਉਂਕਿ ਇਹ ਨੋਰਮਲੀ ਹੁੰਦਾ ਹੈ ਨਾ ਵੀ ਕਹਿੰਦੇ ਆ ਵੀ ਆਪ ਹੀ ਰੱਖ ਲੈਣਾ। ਇਹ ਇੱਕ ਵੀਰ ਹੈਗਾ ਉਹਦੇ ਵੱਲੋਂ ਆ, ਉਹਨੇ ਕਿਸੇ ਪਲੇਅਰ 'ਤੇ ਚੱਲਦੇ ਮੈਚ ਦੇ ਵਿੱਚ ਜਦੋਂ ਉਹਦਾ ਮੂਡ ਹੋਇਆ ਵੀ 3 ਜੱਫੇ 'ਤੇ ਜਾਂ 3 ਰੇਡਾਂ 'ਤੇ ਜਾਂ ਕਿਸੇ ਦੇ ਵੀ ਉਹਨੇ ਲਾਉਣਾ ਹੋਇਆ, ਜਿੱਦਾਂ ਕੋਈ ਆਪਣੀਆਂ ਭੈਣਾਂ ਜਿਹੜੀਆਂ ਖੇਡਣ ਆਉਣੀਆਂ ਆ, ਅਤੇ ਉਹਨਾਂ ਦੇ ਜਿਹੜੇ ਮੈਚ ਦੇ ਵਿੱਚ ਚੱਲਦੇ ਮੈਚਾਂ 'ਚ 3 ਹੈਗੀਆਂ ਸਾਡੇ ਕੋਲ, ਅਤੇ ਅਸੀਂ ਹੁਣ ਡਿਸਾਈਡ ਕੀਤਾ ਵੀ ਇੱਕ ਜਿਹੜੀ ਹੈਗੀ ਆ ਡਰੋਅ ਦੇ ਵਿੱਚ ਕੱਢ ਦੇਣੀ ਆ, ਲੱਕੀ ਡਰੋਅ ਦੇ ਵਿੱਚ ਜਿਹੜੀਆਂ 2 ਹੈਗੀਆਂ ਆ ਇਹ ਅਸੀਂ ਚੱਲਦੇ ਮੈਚ ਜਿੱਦਾਂ ਵੀ ਕਿਸੇ ਨੇ ਰੇਡਾਂ ਦੇ ਜੱਫਿਆਂ ਦੇ ਲਾਉਣੇ ਹੋਊਗੀ ਕਿਸੇ ਭੈਣ ਦੇ ਉੱਤੇ ਅਤੇ ਉਹਨਾਂ ਉੱਤੇ ਲਾ ਸਕਦੇ। ਅੱਜ ਹੀ ਸਵੇਰੇ ਆਹ ਵੀ ਲੱਕੀ ਡਰੋਅ ਦੇ ਵਿੱਚ ਕੁਛ ਚੀਜ਼ਾਂ ਕੱਢਣੀਆਂ ਆ, ਅਤੇ ਫਿਰ ਇਹਨਾਂ ਨੇ ਨਿੱਕੇ ਕੋਈ ਨਿਆਣੇ ਸੀਗੇ ਬਹੁਤ ਛੋਟੇ, ਉਹ ਕਹਿੰਦੇ ਵੀ ਭਾਅ ਜੀ ਅਸੀਂ ਵੀ ਖੇਡਣਾ ਆ ਕਬੱਡੀ, ਫਿਰ ਆਹ 4-5 ਚੀਜ਼ਾਂ ਲੈ ਕੇ ਆਉਂਦੀਆਂ ਅੱਜ, ਅਤੇ ਹਜੇ ਥੋੜ੍ਹੇ ਚਿਰ ਪਹਿਲਾਂ ਇਹ ਮੁੰਡਾ ਲਾ ਕੇ ਗਿਆ ਆ, ਅਤੇ ਉਹਨਾਂ ਦੇ ਚੱਲਦੇ ਮੈਚ ਦੇ ਉੱਤੇ ਫਿਰ ਆਹ ਚੀਜ਼ਾਂ ਲੱਗ ਜਾਣਗੀਆਂ, ਜਿਹੜਾ ਮੁੰਡੇ ਨੇ ਜਿਹਨੂੰ ਫੜ ਲਿਆ ਜਾਂ ਜਿੱਦਾਂ ਫੜ ਲਿਆ ਉਹ ਆਪਣੀ ਆਪਣੀ ਸਕੂਟਰੀ ਲੈ ਜਾਊ, ਪਰ ਉਹ ਛੋਟੇ ਨਿਆਣੇ ਹੋਣਗੇ, ਪਲੀਜ਼ ਉਹ ਪਿੰਡ ਦੇ ਹੀ ਹੋਣਗੇ ਲਗਭਗ, ਜਿਹੜੇ ਵੀ ਦੇਖਣ ਆਉਣਗੇ ਉਹਨਾਂ ਦੇ ਵਿੱਚੋਂ 2 ਟੀਮਾਂ ਬਣਾ ਦੇਣੀਆਂ ਆ ਇਹ ਉਹਨਾਂ ਦੀਆਂ। ਭਾਅ ਜੀ ਟਰੈਕਟਰ ਵੀ ਭਾਅ ਜੀ ਅਸੀਂ ਇੱਕ ਇਹ ਟਰੈਕਟਰ 'ਤੇ ਇੱਕ ਸ਼ਾਨ ਆ ਭਾਅ ਜੀ ਕਬੱਡੀ ਦੀ ਵੀ, ਜਿੱਥੇ ਵੀ ਕਬੱਡੀ ਹੋਣੀ ਆ ਟਰੈਕਟਰ 'ਤੇ ਆਉਣਾ ਹੀ ਆਉਣਾ, ਅਤੇ ਇੱਕ ਇਹ ਟਰੈਕਟਰ ਆ ਇੱਕ ਹੋਰ ਆ, ਇਹ ਅਸੀਂ ਚੱਲਦੇ ਮੈਚ ਦੇ ਵਿੱਚ ਹੀ ਜਿੱਦਾਂ ਕਿਸੇ ਵੀ ਮੈਚ ਦੇ ਵਿੱਚ ਭਾਵੇਂ ਮੈਨੂੰ ਨਹੀਂ ਪਤਾ 85 ਕਿਲੋ ਵਾਰੀ ਕਿਸੇ ਦੀ ਵਾਰੀ ਆ ਜਾਣੀ ਆ ਕਿ ਓਪਨ ਦੇ ਵਿੱਚ ਕਿਸੇ ਦੀ ਵਾਰੀ ਆ ਜਾਣੀ, ਉਦੋਂ ਇਹ ਵੀ ਰੇਡਾਂ ਜੱਫਿਆਂ ਦੇ ਲੱਗ ਮੋਸਟਲੀ ਭਾਅ ਜੀ ਜਿਹੜੀਆਂ ਚੀਜ਼ਾਂ ਆ ਨਾ, 2-4 ਚੀਜ਼ਾਂ ਕਨਫਰਮ ਆ ਇਹਦੇ ਵਿੱਚੋਂ, 2 ਹਾਰਲੇ ਅਤੇ 1 ਬੁਲਟ, ਆਈ ਥਿੰਕ 1 ਜਾਂ 2 ਬੁਲਟ ਕਨਫਰਮ ਆ ਜਿਹੜੇ ਰੇਡਾਂ ਜੱਫਿਆਂ ਦੇ ਅਤੇ ਨਾਲ ਦਰਸ਼ਕਾਂ ਨੂੰ ਦਿੱਤੇ ਜਾਣੇ, ਬਾਕੀ ਸਾਰੀਆਂ ਚੀਜ਼ਾਂ ਇੱਥੇ ਇਹ ਚੱਲਦੇ ਮੈਚ ਦੇ ਵਿੱਚ ਹੀ ਆ, ਪਤਾ ਨਹੀਂ ਕਿਹਨੂੰ ਜਿਹਦੀ ਕਿਸਮਤ 'ਚ ਜਿਹਦਾ ਜ਼ਿਆਦਾ ਜ਼ੋਰ ਲਾ ਗਿਆ, ਇੱਦਾਂ ਇੱਦਾਂ ਵੀਰ ਆ ਕਿਸੇ ਨੇ ਘੱਟ ਪੈਸੇ ਦਿੱਤੇ ਆ, ਜਾਂ ਜਿੱਦਾਂ ਜਿੱਦਾਂ ਆਪਾਂ ਉਹਨਾਂ ਨੇ ਜਿੰਨਾ ਜਿਹੜੀ ਜਿਹੜੀ ਚੀਜ਼ ਦਾ ਮਾਣ ਕੀਤਾ ਕਿ ਇੱਥੇ ਕੰਪਨੀ ਹੈਗੀ ਆ ਮੁੰਡੇ ਹੈਗੇ, ਉਹਨਾਂ ਕਹਿੰਦੇ ਵੀ ਅਸੀਂ LED ਦੇਣੀ ਆ, ਸੀ ਠੀਕ ਆ ਭਾਅ ਜੀ, ਪ੍ਰੀਟੀ ਮੱਚ ਉਹਨਾਂ ਨੇ ਡਿਸਾਈਡ ਕਰ ਲੈਣਾ ਆ ਵੀ ਕਿਹਨੂੰ ਪਲੇਅਰ ਨੂੰ ਦੇਣਾ, ਪਰ ਇਹ 100% ਸ਼ੋਰ ਹੋਊਗਾ, 1-sided ਨਹੀਂ ਹੋਊਗਾ ਵੀ ਯਾਰ ਜੇ ਕੋਈ ਇੱਕ ਪਲੇਅਰ ਆ ABC ਪਲੇਅਰ ਆ ਉਹ
ਉਸ ਪਲੇਅਰ ਤੇ ਹੀ ਇਕੱਲਾ ਮਿਲਣੀ, ਏਦਾਂ ਨਹੀਂ ਹੋਊਗੀ, ਆਈਦਰ ਉਹ ਲੈ ਜੂਗਾ ਤੇ ਜਾਂ ਉਹਨੂੰ ਫੜਨ ਵਾਲਾ ਲੈ ਜੂਗਾ, ਇਟਸ ਆਲਵੇਸ ਏਦਾਂ ਹੀ ਹੋਊਗਾ, ਏਦਾਂ ਨਹੀਂ ਹੋਊਗਾ ਵੀ ਇਹ ਬੰਦੇ ਨੇ ਲਾਤਾ ਤੇ ਇਹਨੂੰ ਜੇ ਨਹੀਂ ਲਾਇਆ ਤੇ ਕਿਸੇ ਨੂੰ, ਏਦਾਂ ਹਮੇਸ਼ਾ ਏਦਾਂ ਨਹੀਂ ਹੋਊਗਾ, ਕਾਮਨ ਹੋਊਗਾ ਸਾਰਿਆਂ ਵਾਸਤੇ, ਇਹ ਸਾਰੀਆਂ ਚੀਜ਼ਾਂ ਇਹ ਹੈਗੀਆਂ। ਹੋਰ ਕੁਛ ਮੋਬਾਈਲ ਫੋਨ ਜਿਹਾ, ਹੋਰ ਵੀ ਕਈ ਚੀਜ਼ਾਂ ਹੈਗੀਆਂ ਇਹਨਾਂ ਨੇ, ਸਿੰਪਲ ਮੋਟਰਸਾਈਕਲ ਆ ਕਈ ਹੈਗੇ ਉਹ ਵੀ ਏਦਾਂ ਹੀ ਆ, ਤੇ ਮੋਬਾਈਲ ਫੋਨ ਮੇਨਲੀ ਕੀ ਡਰਾ ਵਾਸਤੇ ਹੀ ਆ ਭਾਜੀ। ਕੁਛ ਹੋਰ ਆਈ ਥਿੰਕ ਇੱਕ ਅੱਧਾ ਟੈਬਲੇਟ ਹੈਗਾ ਆ ਤੇ ਉਹ ਵੀ ਏਦਾਂ ਹੀ ਲੱਕੀ ਡਰਾ ਵਾਸਤੇ ਆ। ਆਈ ਥਿੰਕ ਭਾਜੀ 5 ਲੱਖ 5.5 ਲੱਖ ਰੁਪਈਆ ਆ ਤੇ ਹਜੇ ਡਿਸਾਈਡਿਡ ਨਹੀਂ ਹੈਗਾ। ਇੱਕ ਕੋਈ ਹੋਰ ਵੀ ਪ੍ਰੇਮੀ ਹੈਗੇ ਕਬੱਡੀ ਦੇ, ਉਹਨਾਂ ਉਹ ਚਾਹੁੰਦੇ ਆ ਵੀ ਇਹਨੂੰ ਬਹੁਤ ਜ਼ਿਆਦਾ ਵਧਾ ਦਿੱਤਾ ਜਾਵੇ। ਜੇ ਰੱਬ ਦੇ ਸੁੱਖ ਨਾਲ ਜਿਹੜੇ ਪਲੇਅਰਸ ਸਾਨੂੰ ਕਹੇ ਗਏ ਆ, ਜਿੱਦਾਂ ਭਾਜੀ ਹੁਣਾਂ ਨੇ ਵੀਰਾਂ ਭਰਾਵਾਂ ਨੇ ਜ਼ੋਰ ਲਾ ਕੇ ਪਲੇਅਰਾਂ ਨੂੰ ਬੁਲਾਇਆ ਆ, ਤੇ ਜੇ ਉਹ ਸਾਰੇ ਪਲੇਅਰ ਆਉਂਦੇ ਆ ਤੇ ਇਨਾਮ ਡਿਫਰੈਂਟ ਹੋਊਗਾ। ਬਸ ਲਾਸਟ ਟਾਈਮ ਜਿੱਦਾਂ ਡਬਲ ਹੋ ਗਿਆ ਸੀਗਾ, ਬਟ ਇੱਕ ਚੀਜ਼ ਆ ਜੀ, ਅਨੰਦਪੁਰ ਸਾਹਿਬ ਤੋਂ ਕਦੀ ਵੱਧ ਨਹੀਂ ਹੋ ਸਕਦਾ, ਕਿਉਂਕਿ ਉਹ ਇੱਕ ਇੰਪੋਰਟੈਂਟ ਬਹੁਤ ਜ਼ਿਆਦਾ ਸਾਡੇ ਲਈ ਮਾਣ ਦੀ ਗੱਲ, ਉਹ ਤੋਂ ਵੱਧ ਨਹੀਂ ਜਾ ਸਕਦਾ, ਬਟ ਐਨੀਥਿੰਗ ਹੋ ਸਕਦਾ ਆ। ਬਟ ਜੇ ਉਹ ਪਲੇਅਰ ਆ ਜਾਂਦੇ ਆ, ਜਿਹੜਾ ਕਿ ਮੈਨੂੰ ਲੱਗਦਾ 99% ਸ਼ੋਰ ਆ, ਇਹ ਨਾਮ ਸੇਮ ਨਹੀਂ ਰਹੂਗਾ। ਬਾਕੀ ਆਈ ਥਿੰਕ 3.5 ਹੈਗਾ ਆ ਸੈਕਿੰਡ ਨੂੰ ਤੇ 1.5 ਲੱਖ ਹੈਗਾ 85 ਕਿਲੋ ਵਾਲੇ। ਮੈਂ ਚਾਹੂੰਗਾ ਭਾਜੀ ਸਾਡੇ ਕਈ ਮਾਨ ਹੋਰ ਵੀਰ ਭਰਾ ਹੈਗੇ ਆ, ਜਿੱਦਾਂ ਜੋਤੀ ਭਾਜੀ ਹੁਣੇ ਹੈਗੇ ਆ, ਪੰਮੀ ਕੋਲ ਸਾਹਿਬ ਹੈ ਭਾਜੀ ਹੈਗੇ ਆ, ਕਾਲਾ ਭਾਜੀ ਹੈਗੇ ਆ, ਇਹ ਜਾਣੇ ਇਹਨੂੰ ਰਿਵੀਲ ਕਰਨ ਤੇ ਉਹ ਜ਼ਿਆਦਾ ਹੱਕਦਾਰ ਹੈ। ਅਸੀਂ ਤੇ ਭਾਜੀ ਇੱਥੇ ਇੱਕ ਗੈਸਟ ਹਾਂ, ਅਸੀਂ ਆਏ ਹਾਂ ਥੋੜਾ ਚਿਰ ਕੀਤਾ ਆ ਤੇ ਅਸੀਂ ਘਰੋ ਘਰੀ ਹੋ ਜਾਣਾ, ਉਹਨਾਂ ਨੇ ਇਹ ਗਰਾਊਂਡ ਨੂੰ ਸਾਰਾ ਕਰਨਾ ਹੈ ਤੇ ਸਾਰਾ ਕੁਝ ਕਰਨਾ। ਭਾਜੀ ਆਜੋ, ਭਾਜੀ ਆਜੋ, ਜੋਤੀ ਭਾਜੀ ਕਿੱਥੇ? ਲਾਸਟ ਮਿੰਟ ਲਾ ਲਓ ਜਾਂ ਬਹੁਤ ਜ਼ੋਰ ਲਾ ਕੇ ਇਹ ਚੀਜ਼ ਬਣੀ ਆ, ਹੋਪਫੁਲੀ ਸਾਰਿਆਂ ਨੂੰ ਪਸੰਦ ਵੀ ਆਵੇ। ਸਾਨੂੰ ਸੀਗਾ ਵੀ ਵਿਨਿੰਗ ਪ੍ਰਾਈਜ਼ ਤੇ ਵਿਨਿੰਗ ਹੀ ਹੁੰਦਾ ਆ ਭਾਜੀ, ਪਰ ਸਾਨੂੰ ਸੀਗਾ ਵੀ ਲੋਕੀ ਜਿਹੜਾ ਜਿੱਤਣ ਵਾਲਾ ਆ ਉਹ ਟਰੋਫੀ ਨੂੰ ਵੀ ਪਸੰਦ ਕਰੇ ਤੇ ਉਹ ਕਹੇ ਯਾਰ ਵੀ ਆਪਾਂ ਨੂੰ, ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਇੱਕ ਟਰੋਫੀ ਦਾ ਚਾਅ ਹੁੰਦਾ ਸੀਗਾ ਵੀ ਯਾਰ ਮੈਂ ਟਰੋਫੀ ਘਰ ਲੈ ਕੇ ਜਾਣੀ। ਅੱਜ ਕੱਲ੍ਹ ਪਲੇਅਰਸ ਲਾ ਲਓ ਜਾਂ ਟੂਰਨਾਮੈਂਟ ਇੰਨੇ ਕੁ ਜ਼ਿਆਦਾ ਆ, ਟੂਰਨਾਮੈਂਟ ਸਾਰੇ ਜਾਣੇ ਮਾਣ ਨਾਲ ਟਰੋਫੀ ਘਰ ਲੈ ਕੇ ਜਾਂਦੇ ਆ, ਪਰ ਬਹੁਤ ਜ਼ਿਆਦਾ ਲਗਭਗ ਸੇਮ ਆ। ਅਸੀਂ ਕੋਸ਼ਿਸ਼ ਕੀਤੀ ਵੀ ਥੋੜ੍ਹਾ ਡਿਫਰੈਂਟ ਹੋ ਜਾਵੇ, ਹੋਪਫੁਲੀ ਸਾਰਿਆਂ ਨੂੰ ਪਸੰਦ ਆਊਗੀ। ਬਾਕੀ ਜੇ ਨਾ ਪਸੰਦ ਆਈ ਤਾਂ ਕੋਈ ਨਹੀਂ, ਅਗਲੀ ਵਾਰੀ ਹੋਰ ਚੇਂਜ ਕਰ ਲਾਂਗੇ ਭਾਜੀ। ਠੀਕ ਹੈ, ਪੰਮੀ ਕੋਲ ਸਾਹਿਬ ਜੀ ਲੈਟਸ ਗੋ, ਇੱਧਰ ਵੀ ਫੋਟੋ। ਕੋਈ ਨਹੀਂ ਕੋਈ ਨਹੀਂ। ਵਾਹ ਇਹ ਭਾਜੀ ਸਾਡੇ ਹੈਗੇ ਉੱਥੇ ਆਸਟ੍ਰੇਲੀਆ ਦੇ ਵਿੱਚ, ਬਹੁਤ ਵਧੀਆ ਡਿਵੈਲਪਿੰਗ ਕਰਦੇ ਆ, ਉਹਨੂੰ ਪ੍ਰੋਪਰਟੀ ਡਿਵੈਲਪਮੈਂਟ ਕਰਦੇ, ਉਹਨਾਂ ਵੱਲੋਂ ਉਹਨਾਂ ਨੇ ਫਸਟ ਪ੍ਰਾਈਜ਼ ਕੀਤਾ ਸੀਗਾ ਅਤੇ ਇਸ ਕਰਕੇ ਉਹਨਾਂ ਦਾ ਪਨਵਿਕ ਲਿਖਿਆ ਹੋਇਆ, ਅਤੇ ਅਸੀਂ ਕਿਹਾ ਵੀ ਅਸੀਂ ਵੀ ਆਪਣਾ ਥੋੜ੍ਹਾ ਬਹੁਤਾ ਹਿੱਸਾ ਪਾ ਲਈਏ। ਇਸ ਕਰਕੇ ਉਹ ਸਰਜ ਕੈਪੀਟਲਸ ਹੈਗੇ ਆ, ਉਹ ਸਾਡੀ ਹੀ ਕੰਪਨੀ ਆ, ਵੀਰ ਹੈਗੇ ਆ ਦਲਬਾਗ ਭਾਜੀ ਹੁਣੇ ਉਹਨਾਂ ਦੇ ਡਾਇਰੈਕਟਰ ਆ, ਅਕੋਸ ਸਾਹਿਬ ਹੈਗੇ ਆ ਸਨੀ, ਹਰਜੀਤ ਵੀਰ ਹੈਗਾ ਆ, ਉਹ ਬਾਕੀ ਵੀਰ ਹੁਣੇ ਹੈਗੇ ਆ, ਇਹ ਸਾਡੀ ਹੀ ਉਹਨਾਂ ਦੇ ਨਾਲ ਕੰਪਨੀ ਆ, ਅਤੇ ਅਸੀਂ ਕਿਹਾ ਵੀ ਚਲੋ ਥੋੜ੍ਹੇ ਬਹੁਤੇ ਅਸੀਂ ਵੀ ਪੈਸੇ ਪਾ ਲਈਏ, ਬਾਕੀ ਸਾਰੇ ਤਾਂ ਵੀਰਾਂ ਨੇ ਪਾ ਹੀ ਦਿੱਤੇ ਆ। ਕਰੀਬ 75 ਤੋਂ ਮੈਨੂੰ ਪਤਾ ਆ, 75 ਤੋਂ, ਅਤੇ ਅਸੀਂ ਛੋਟੇ ਸੀ ਜਦੋਂ ਅਵਤਾਰ ਭਾਅ ਜੀ ਵੱਲ ਅਤੇ ਆਪਣੀ ਸ਼ਰਮਾ ਜੀ ਅਤੇ ਇੱਕ ਦਰਸ਼ਨ ਹੁੰਦਾ ਸੀ ਰੇਡਰ, ਬਹੁਤ ਟੋਪ ਕਲਾਸ ਇੱਥੇ ਸ਼ਰਮਾ ਜੀ, ਉਹ ਵੀ ਉਹ ਵੱਡੇ ਸੀ, ਅਸੀਂ ਛੋਟੇ ਸੀ, ਉੱਥੇ ਦੇਖਦੇ ਸੀ ਉਹਨਾਂ ਨੂੰ ਬੜੀ ਪੁਰਾਣਾ, ਉਹ ਤੋਂ ਪਹਿਲਾਂ ਤੱਕ ਚੱਲ ਰਿਹਾ, 75 ਤੋਂ ਪਹਿਲਾਂ ਚੱਲ ਰਿਹਾ, ਮੈਨੂੰ ਤਾਂ 75 ਥੋੜ੍ਹੀ ਹੋਰ ਸੀਗੀ ਜਦੋਂ ਤਾਂ ਮੈਨੂੰ ਪਤਾ, ਫਿਰ ਥੋੜ੍ਹਾ ਥੋੜ੍ਹਾ ਮੈਂ ਵੀ ਖੇਡਦਾ ਸੀਗਾ, ਬੜਾ ਬੜਾ ਖੇਡੀ ਦਾ ਅਸੀਂ ਵੀ ਭਾਅ ਜੀ ਅਵਤਾਰ ਵੱਲ ਨਾਲ, ਫਿਰ ਮੇਰਾ ਪਿਆਰ ਬਹੁਤ ਰਿਹਾ ਜ਼ਿਆਦਾ, ਫਿਰ ਅਸੀਂ ਕਰਾਉਂਦੇ ਨੇ ਕੋਈ ਕਿੰਨੇ ਸਾਲਾਂ ਤੋਂ ਕਰਾ ਰਹੇ ਹਾਂ, ਜਿਹੜਾ ਹੁਣ ਆ ਤੇ ਇੱਕ ਚੀਜ਼ ਨਵੀਂ ਹੋ ਗਈ ਪੇਸ਼, ਅਸੀਂ 5000 'ਚ ਟੂਰਨਾਮੈਂਟ ਕਰਾਇਆ ਅਤੇ 500 ਮੈਂ ਨਹੀਂ ਉਹ ਗੱਲ ਹੀ ਨਹੀਂ ਕਰ ਸਕਦਾ, ਉਹ ਤਾਂ ਬਜਟ ਦਾ ਇਹਨਾਂ ਨੂੰ ਪਤਾ, ਅਤੇ 500 ਵਿੱਚੋਂ ਅਸੀਂ 500 ਕੁਸ਼ਲ ਹੁੰਦਾ ਸੀ ਸਾਡਾ ਅਨਾਊਂਸਰ, ਉਹਨੂੰ 500 ਰੁਪਏ ਦਿੰਦੇ ਹੁੰਦੇ ਅਸੀਂ, ਅਤੇ 4500 ਬਚਦਾ ਸੀਗਾ, ਅਤੇ ਕਿਸੇ ਨੂੰ 1500 ਇੱਕ ਟੀਮ ਨੂੰ, 1000 ਬਾਕੀ 200 ਇੱਦਾਂ ਕਰਕੇ, ਅਤੇ ਮੁੜ ਕੇ ਹੌਲੀ ਹੌਲੀ ਵੱਧਦਾ ਗਿਆ, ਚਲੋ 40-50 ਹਜ਼ਾਰ 'ਤੇ ਆ ਗਿਆ, ਆਹ ਪਿਛਲੇ ਸਾਲਾਂ ਤੋਂ ਤਾਂ ਮੈਨੂੰ ਪਤਾ ਨਹੀਂ ਲੱਗਦਾ ਵੀ ਕਿੰਨਾ ਕੁ ਬਜਟ ਹੈ, ਮੈਨੂੰ ਬਹੁਤ ਖੁਸ਼ੀ ਹੈ। ਇਸ ਟੂਰਨਾਮੈਂਟ ਨਾ ਇੰਟਰਨੈਸ਼ਨਲ ਚੋਟੀ ਦੇ ਪਲੇਅਰ ਸਾਰੇ ਖੇਡਣਗੇ, ਜਿੱਦਾਂ ਆਪਾਂ ਦੌਰ ਚੱਲਦਾ, ਜਿੱਦਾਂ ਕਿਤੇ ਪਾਲੇ ਦਾ ਦੌਰ ਚੱਲਦਾ, ਸ਼ੀਲੂ ਦਾ ਦੌਰ ਚੱਲਦਾ, ਸੁਲਤਾਨ ਦਾ ਦੌਰ ਚੱਲਦਾ, ਸਾਰੇ ਇੰਟਰਨੈਸ਼ਨਲ ਪਲੇਅਰ ਖੇਡਣਗੇ। ਪਰ ਇਸ ਟੂਰਨਾਮੈਂਟ ਦੀ ਇੱਕ ਖਾਸੀਅਤ ਹੈ, ਆਮ ਸਾਰੇ ਜਿੰਨੇ ਪਲੇਅਰ ਨੇ ਸਾਰੇ ਬਾਹਰ ਖੇਡਣ ਜਾਂਦੇ ਨੇ, ਇੱਕ ਸ਼ਾਇਦ ਪਹਿਲਾ ਟੂਰਨਾਮੈਂਟ ਪੰਜਾਬ ਦਾ ਇੱਦਾਂ ਦਾ ਹੋਏਗਾ ਜਿੱਥੋਂ ਬਾਹਰੋਂ ਵੀ ਵਿਦੇਸ਼ਾਂ ਤੋਂ ਇੰਡੀਆ ਖੇਡਣ ਆ ਰਹੇ ਨੇ ਪਲੇਅਰ ਸਾਰੇ, ਜਿਨ੍ਹਾਂ ਵਿੱਚੋਂ ਉਹ ਜਿਹੜੇ ਪਲੇਅਰ ਜਿਹੜੇ
ਇੰਟਰਨੈਸ਼ਨਲ ਪਲੇਅਰ ਖੇਡਣ ਵਾਲੇ ਸੁਲਤਾਨ, ਖੁਸ਼ੀ, ਜੈਰੋ, ਚਵੇਦ, ਜਿਨ੍ਹਾਂ ਦੀ ਪੂਰੀ ਆਸ ਹੈ ਸਾਰੇ ਖੇਡਣਗੇ ਇੱਥੇ, ਅਤੇ ਪੰਜਾਬ ਅਤੇ ਹਰਿਆਣੇ ਦੇ ਚੋਟੀ ਦੇ ਜਿੰਨੇ ਪਲੇਅਰ ਨੇ ਸਾਰੇ ਖੇਡਣਗੇ ਜੀ ਇੰਟਰਨੈਸ਼ਨਲ, ਜੇ ਸ਼ਾਇਦ ਗਿਣਨੇ ਸ਼ੁਰੂ ਕਰੀਏ ਸ਼ਾਮ ਪੈ ਜਾਵੇ। ਆਲਰੇਡੀ ਆ ਚੁੱਕੇ ਨੇ ਕੁਛ, ਜਿਹੜੇ ਇੱਕ ਦੋ ਕੱਲ੍ਹ ਤੱਕ ਪਹੁੰਚ ਜਾਣਗੇ, ਸਾਰੇ ਪਲੇਅਰ ਆਉਣਗੇ। ਆਪਣੇ ਕੋਲ ਨਾ 13 ਤਰੀਕ ਨੂੰ ਪਹਿਲਾਂ 85 ਕਿੱਲੋ ਦੇ ਮੈਚ ਨੇ, 16 ਟੀਮਾਂ ਨੇ, ਜਿਹੜਾ ਫਸਟ ਪ੍ਰਾਈਜ਼ 1.5 ਲੱਖ ਰੁਪਇਆ, ਸੈਕਿੰਡ 1 ਲੱਖ ਰੁਪਇਆ। ਬਹੁਤ ਵਧੀਆ ਟੀਮਾਂ ਨੂੰ ਪਾਰਟੀਸਪੇਸ਼ਨ ਦਿੱਤਾ ਜਾਏਗਾ, ਵਧੀਆ ਮੈਚ ਬਣਾਏ ਜਾਣਗੇ 85 ਕਿੱਲੋ ਦੇ ਪਹਿਲੇ ਦਿਨ। ਜਿਹੜੇ ਦੂਸਰੇ ਦਿਨ ਦੇ 14 ਤਰੀਕ ਨੂੰ ਮੈਚ ਹੋਣਗੇ, 8 ਇੰਟਰਨੈਸ਼ਨਲ ਟੀਮਾਂ ਖੇਡਣਗੀਆਂ, ਅਤੇ ਉਹਨਾਂ ਦਾ ਫਸਟ ਪ੍ਰਾਈਜ਼ ਜਿਹੜਾ 5.5 ਲੱਖ, ਸੈਕਿੰਡ ਪ੍ਰਾਈਜ਼ 3.5 ਲੱਖ ਰੁਪਇਆ, ਅਤੇ ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ ਇਹਨਾਂ ਦੇ ਦਾ। ਇੱਦਾਂ ਦੇ ਵੱਡੇ ਵੱਡੇ ਕੱਪ ਅਤੇ ਟੂਰਨਾਮੈਂਟ ਹੋਣੇ ਚਾਹੀਦੇ ਨੇ, ਜੋ ਪਲੇਅਰਾਂ ਲਈ ਵਧੀਆ ਗੱਲ ਆ। ਉੱਠਦਾ ਕੋਈ ਨਵਾਂ ਪਲੇਅਰ ਉੱਠਦਾ, ਉਹਨੂੰ ਇਵੈਂਟ ਹੋਏਗਾ, ਉਹਨੂੰ ਗਾਂਹ ਹੋਏਗਾ ਮੈਂ ਭਲੱਥ ਟੂਰਨਾਮੈਂਟ ਖੇਡਣਾ, ਵਧੀਆ ਟੂਰਨਾਮੈਂਟ ਆ, ਬੈਸਟਾਂ ਨੂੰ ਹਾਰ ਲਿਆ, ਬਹੁਤ ਵਧੀਆ ਅਚੀਵਮੈਂਟ ਆ ਜੀ। 85 ਕਿੱਲੋ ਦੇ ਮੇਰੇ ਸੈਮੀਫਾਈਨਲ ਮੈਚ ਆਪਾਂ ਰੱਖ ਲੈਣੇ ਨੇ, ਉਹ ਸਵੇਰੇ 11 ਵਜੇ ਮੈਚ ਸਟਾਰਟ ਹੋ ਜਾਣਗੇ, ਸੈਮੀ ਅਤੇ ਫਾਈਨਲ। ਅਤੇ ਹਾਂਜੀ 13 ਵਾਲੇ ਜਿਹੜੇ ਨੇ, 13 ਤੋਂ ਪਹਿਲਾਂ, ਅਤੇ ਉਹ 14 ਵਜੇ ਮੈਚ ਰੱਖੇ ਜਾਣਗੇ, ਅਤੇ ਜਿਹੜੇ ਫਾਈਨਲ ਮੈਚ ਹੋਏਗਾ ਉਹਦੇ ਵਿੱਚ ਕੁੜੀਆਂ ਦਾ ਸ਼ੋਅ ਮੈਚ ਹੋਏਗਾ ਜੀ, ਬਹੁਤ ਵਧੀਆ ਤਰੀਕੇ ਨਾਲ ਕਰਾਇਆ ਜਾਏਗਾ, ਕਿਉਂਕਿ ਉਹ ਪਲੇਅਰ ਫਿਰ ਸੈਮੀ ਦੋਨੇ ਖੇਡ ਕੇ ਫਾਈਨਲ ਖੇਡਣਾ ਥੋੜ੍ਹਾ ਔਖਾ, ਅਤੇ ਉਹ ਵਿੱਚ ਕੁੜੀਆਂ ਦਾ ਇੱਕ ਸ਼ੋਅ ਮੈਚ ਹੋ ਜਾਏਗਾ, ਨਾ ਥੋੜ੍ਹੇ ਪਲੇਅਰ ਨੂੰ ਰੈਸਟ ਮਿਲ ਜਾਏ। ਕੁਛ ਕਲੱਬਸ ਹੈਗੇ ਆ ਭਾਅ ਜੀ, ਉਹਨਾਂ ਨੇ ਥੋੜ੍ਹਾ ਬਹੁਤਾ ਮਾਣ ਕੀਤਾ ਆ, ਦੋ ਉੱਥੇ ਫੈਡਰੇਸ਼ਨਸ ਹੈਗੀਆਂ, ਡਿਫਰੈਂਟ ਫੈਡਰੇਸ਼ਨ ਨੇ, ਅਤੇ ਇੱਕ ਫੈਡਰੇਸ਼ਨ ਦੇ ਵਿੱਚ ਉਹਨਾਂ ਦੇ ਹੈੱਡ ਵਾਂਗੂ ਆਪਾਂ ਵੀ ਹੈਗੇ ਆ, ਇੱਕ ਦੇ ਵਿੱਚ ਹੈਗੇ ਉਹ ਵੀਰ ਹੁਣੇ ਜਿਹੜਿਆਂ ਨੇ ਉਹ ਰੇਂਜ ਰੋਵਰ ਦੇਣੀ ਹੈ, ਉਹਨਾਂ ਦੋਵਾਂ ਨੇ ਆਪਣੇ ਦੋਵਾਂ ਨੇ 1 ਸਾਲ ਪਹਿਲਾਂ ਅਸੀਂ ਉੱਥੇ ਅਨਾਊਂਸ ਕੀਤਾ ਸੀਗਾ ਵੀ ਭਾਅ ਜੀ ਅਸੀਂ 13-14 ਨੂੰ ਟੂਰਨਾਮੈਂਟ ਕਰਾਉਂਦੇ ਹਾਂ, ਅਤੇ ਪਲੀਜ਼ ਉਦੋਂ ਟੂਰਨਾਮੈਂਟ ਨਾ ਰੱਖਿਓ। ਉਹਨਾਂ ਬੰਦਿਆਂ ਉਹਨਾਂ ਨੇ ਆਪਣੇ ਦੋਵਾਂ ਜਿਹੜੀਆਂ ਹੈਗੀਆਂ ਆ ਫੈਡਰੇਸ਼ਨਸ ਆਪਣੇ ਟੂਰਨਾਮੈਂਟ ਕੈਂਸਲ ਕਰਕੇ ਆਪਣੇ ਜਿਹੜੇ ਉਹ ਸਾਰੇ ਪਲੇਅਰ ਉੱਥੇ ਬੁਲਾਏ ਗਏ ਆ, ਪ੍ਰੀਟੀ ਮੱਚ ਮੋਸਟਲੀ ਆਪਣੇ ਖਰਚੇ ਦੇ ਉੱਤੇ ਉਹ ਸਾਰੇ ਇੱਥੇ ਭੇਜਦੇ ਪਏ ਆ, ਅਤੇ ਫਿਰ ਇੱਥੋਂ ਉਹ ਸਾਰੇ ਪਲੇਅਰ ਆਏ ਮੈਚ ਖੇਡਣ ਤੋਂ ਬਾਅਦ ਸਟ੍ਰੇਟ ਅਵੇ ਵਾਪਸ ਵੀ ਜਾਣੇ। ਲਾਈਕ ਮੈਨੂੰ ਜਿੰਨੇ ਵੀ ਪਲੇਅਰ ਹੈਗੇ ਆ 99% 25-30 ਜਣਿਆਂ ਦੀ ਤਾਂ ਮੈਨੂੰ ਟਿਕਟਾਂ ਆਈਆਂ ਆ ਵੀ ਆਹ ਭਾਅ ਜੀ ਆਹ ਵੀ ਡਨ ਹੋ ਗਿਆ, ਵੀ ਡਨ ਹੋ ਗਿਆ, ਸਾਰੇ ਇੱਕ ਨਹੀਂ ਲਾਈਕ 16-17 ਕਲੱਬ ਆ ਉੱਥੇ, ਸਾਰੇ 16-17 ਕਲੱਬ ਦਾ ਉਹ ਇਹ ਇਨਪੁੱਟ ਆ ਭਾਅ ਜੀ, ਉਹਨਾਂ ਨੇ ਆਪਣੇ 1-1, 2-2 ਪਲੇਅਰ ਭੇਜੇ ਆ। ਲਾਈਕ ਮੈਨੂੰ ਇੱਕ ਬਾਕੀ ਜਿਹੜੇ ਪਲੇਅਰ ਉੱਥੇ ਰਹਿ ਗਏ ਆ ਉਹਨਾਂ ਨੂੰ ਵੀ ਰੀਅਲੀ ਸੋਰੀ ਹੋ, ਕਿਉਂਕਿ ਮੇਰੇ ਕਰਕੇ ਜਾਂ ਇਸ ਟੂਰਨਾਮੈਂਟ ਕਰਕੇ ਸ਼ਾਇਦ ਉਹਨਾਂ ਨੇ ਉਸ ਦਿਨ ਮੈਚ ਹੋਣੇ ਸੀਗੇ, ਅਤੇ ਉਹਨਾਂ ਲਈ ਉਹ ਇੱਕ ਜੋਬ ਆ ਭਾਅ ਜੀ, ਹੈ ਨਾ, ਉਹਨਾਂ ਲਈ ਵੀ ਇਹ ਵੀ, ਅਤੇ ਉਹ ਮੈਚ ਹੋ ਨਹੀਂ ਰਹੇ, ਅਤੇ ਮੈਨਲੀ ਰੀਅਲੀ ਰੀਅਲੀ ਸੋਰੀ ਆ ਉਹਨਾਂ ਵਾਸਤੇ, ਬਟ ਕੁਛ ਚੀਜ਼ ਲਈ ਬੰਦਾ ਮਤਲਬ ਹੀ ਹੋ ਜਾਂਦਾ ਆ, ਅਤੇ ਇਹਦੇ ਵਾਸਤੇ ਮੈਂ 100% ਮਤਲਬ ਵੀ ਹੈਗਾ ਆ, ਅਤੇ ਮੈਨੂੰ ਲੱਗਦਾ ਵੀ ਅੱਗੇ ਵੀ ਫਿਊਚਰ 'ਚ ਵੀ ਰਹਾਂਗੇ। ਬਹੁਤ ਬਹੁਤ ਧੰਨਵਾਦ ਆ ਉਹਨਾਂ ਸਾਰੇ ਵੀਰਾਂ ਦਾ, ਕਲੱਬਾਂ ਕਲੱਬ ਮੈਂਬਰਸ ਦਾ, ਅਤੇ ਟੀਮਾਂ ਦਾ ਜਿਨ੍ਹਾਂ ਨੇ ਸਾਰਾ ਕੁਛ ਇਨਪੁੱਟ ਦਿੱਤਾ ਆ ਇਸ ਚੀਜ਼ ਬਾਰੇ। ਭਾਜੀ ਪਲੀਜ਼ ਸਾਰੇ ਆਓ, 20 ਸਵੇਰ ਤੋਂ ਲੈ ਕੇ ਜਦੋਂ ਇੱਥੇ ਉਹ ਪੈਰ ਰੱਖਣਗੇ ਜਦੋਂ ਤੱਕ ਉਹ ਸੌਂਦੇ ਨੇ, ਰੋਟੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ, ਐਵਰੀਥਿੰਗ ਇੱਥੇ, ਜੇ ਕਿਸੇ ਨੇ ਇੱਥੇ ਸੋਣਾ ਆ ਰਹਿਣਾ ਆ ਐਵਰੀਥਿੰਗ ਅਵੇਲੇਬਲ ਆ ਇੱਥੇ ਭਾਅ ਜੀ। ਜੇ ਕੋਈ 13 ਨੂੰ ਆਉਂਦਾ ਨੋ ਪ੍ਰੋਬਲਮ, ਕੋਈ 12 ਨੂੰ ਆਉਂਦਾ ਨੋ ਪ੍ਰੋਬਲਮ, ਕੋਈ 14 ਨੂੰ ਲੇਟ ਹੋ ਗਿਆ ਇੱਥੇ ਰਹਿਣਾ ਚਾਹੁੰਦਾ ਉਹਦੀ ਵੀ ਕੋਈ ਪ੍ਰੋਬਲਮ ਨਹੀਂ। ਰੋਟੀ ਪਾਣੀ ਹਰ ਤਰ੍ਹਾਂ ਦੀ, 3-4 ਤਰ੍ਹਾਂ ਦੀਆਂ ਅਭੀਰ ਹੈਗੇ ਆ, ਗੋਲੀ ਵੀਰ ਹੈਗਾ, ਉਹ ਜਿੰਦਰ ਵੀਰ ਹੈਗਾ, ਇਹਨਾਂ ਨੇ ਮੈਨੂੰ 5 ਸਬਜ਼ੀਆਂ ਦੇ ਗਣਾਈਆਂ, ਹੁਣ ਇੱਥੇ ਆਪਾਂ ਗੁਰੂ ਘਰ ਖੜ੍ਹੇ ਹਾਂ, ਨਾ ਤਾਂ ਘੱਟ ਲੈ ਸਕਦੇ ਹਾਂ, 5 ਚੀਜ਼ਾਂ ਉਹਨਾਂ ਨੇ ਉਹ ਗਣਾਈਆਂ, ਕੋਈ ਜਲੇਬੀਆਂ ਦਾ ਕਰਦਾ ਪਿਆ, ਇਹ ਸਾਰੇ ਪਿੰਡ ਵੱਲੋਂ ਇਨਪੁੱਟ ਆ, ਕੋਈ ਕਹਿੰਦਾ ਮੇਰੇ ਵੱਲੋਂ ਜਲੇਬੀਆਂ ਲਾ ਦਿਓ, ਸਵੇਰੇ ਹੁਣ ਚੇਂਜ ਹੋ ਗਿਆ ਆਈ ਥਿੰਕ ਪੂੜੀਆਂ ਛੋਲਿਆਂ ਦਾ ਹੋ ਗਿਆ, ਸੋ ਇਹ ਸਾਰਿਆਂ ਦਾ ਭਾਅ ਜੀ ਇਨਪੁੱਟ ਆ ਵੀ ਉਸ ਚੀਜ਼ ਵੱਲੋਂ ਨਹੀਂ। ਪਾਣੀ ਅਜੋਤੀ ਭਾਅ ਜੀ ਹੁਣੇ ਲਾਇਨਸ ਕਲੱਬ ਆ ਇਹਨਾਂ ਦਾ ਹੈਗਾ, ਹਰ ਉਹਨੂੰ ਕਿੰਨੀ ਬੋਤਲ ਪਾਣੀ ਦੀ ਲੱਗਣੀ ਆ, ਪਰ ਮੈਨੂੰ ਕੀ ਪ੍ਰਵਾਹ ਦੇਣੇ ਪੈਸੇ ਉਹਨਾਂ ਨੇ ਭਾਅ ਜੀ। ਫਿਰ ਸਾਰੇ ਵੀਰਾਂ ਭਰਾਵਾਂ ਦਾ ਉਹ ਇਨਪੁੱਟ ਆ, ਅਤੇ ਲੰਗਰ ਪਾਣੀ ਇਹ ਸਭ ਕੁਝ ਇੱਥੇ ਹੀ ਆ, ਹੈ ਨਾ ਵੀ। ਇੱਕ ਜਿੱਦਾਂ ਭਾਅ ਜੀ ਨੇ ਕਿਹਾ, ਪੰਮੀਕੋਲ ਸਾਹਿਬ ਨੇ, ਇੱਕ ਬੰਦਾ ਨਹੀਂ ਭਾਅ ਜੀ, ਇਹ ਸਾਰਿਆਂ ਨੇ ਕੁਛ ਨਾ ਕੁਛ ਦੇਣਾ ਆ। ਹੁਣ ਆਹ ਫੌਜੀ ਸਾਹਿਬ ਆ, ਮੈਨੂੰ ਲੱਗਦਾ ਵੀ ਜਿੱਦਣ ਇੱਥੇ ਜਦੋਂ ਅਸੀਂ ਆਈਦਾ ਆ, ਇਹ ਫੌਜੀ ਭਾਅ ਜੀ ਹੋ ਗਏ, ਅਜਿੰਦਰ ਵੀਰ ਹੋ ਗਿਆ, ਗੋਲਡੀ ਹੋ ਗਿਆ, 3-4 ਹੋਰ ਵੀਰ ਹੋ ਗਏ, ਇਹ ਇੱਥੇ ਗਰਾਊਂਡ 'ਚ ਹੀ ਹੁੰਦੇ ਆ, ਅਤੇ ਜਦੋਂ ਅਸੀਂ ਜਾਈਦਾ ਆ ਇਹ ਸਾਡੇ ਤੋਂ ਬਾਅਦ 'ਚ ਆਉਂਦੇ ਆ। ਆਹ ਬੋਰਡ ਬਣਾਉਣੇ ਅਸੀਂ ਭਾਅ ਜੀ ਆ ਜਿਹੜੇ ਨਾ
ਸੱਤ ਅੱਠ ਬੋਰਡ ਬਣਾਏ ਆ ਅਤੇ ਸ਼ਦਾਈ ਹੋ ਗਏ ਆ ਅਤੇ ਇੱਥੇ ਇੰਨੇ ਕੁ ਬੋਰਡ ਬਣੇ ਆ ਅਤੇ ਸੈਂਕੜੇ ਬੰਦਿਆਂ ਦੀ ਫੋਟੋ ਲੱਗੀ ਆ। ਮੈਂ ਸਿਰਫ ਇਮੈਜਿਨ ਕਰ ਸਕਦਾ ਵੀ ਕਿੰਨਾ ਜ਼ੋਰ ਲੱਗਦਾ ਹੈ। ਪੈਸਾ ਹਰ ਕੋਈ ਲਾ ਲੈਂਦਾ ਪਰ ਜ਼ੋਰ ਲਾਉਣ ਵਾਲੇ ਬੰਦੇ ਨਾਲ ਹੋਣ ਨਾਲ ਤਾਂ ਇਹ ਚੀਜ਼ ਸਫਲ ਹੁੰਦੀ ਹੈ। ਅਤੇ ਸਾਰਿਆਂ ਦਾ ਥੈਂਕ ਯੂ ਆ, ਬਹੁਤ ਬਹੁਤ ਧੰਨਵਾਦ ਆ। ਪ੍ਰਮੋਸ਼ਨ ਵਾਸਤੇ ਨਾ ਅਵੀਰ ਹੈਗਾ ਆ ਹਰਜੀਤ, ਇਹ ਸਵੇਰ ਦਾ ਜ਼ੋਰ ਲਾਉਣ ਡਿਆ ਕਿਉਂਕਿ ਇਹ ਕਿਤੇ ਕੱਲ੍ਹ ਚਲਾ ਗਿਆ ਭਾਅ ਜੀ ਏਅਰਪੋਰਟ, ਵੀਰ ਆਏ ਆ ਬਾਹਰੋਂ ਅਤੇ ਏਅਰਪੋਰਟ ਚਲਾ ਗਿਆ ਅਤੇ ਇਹਨੇ ਵੇਖ ਲਿਆ ਵੀ ਉੱਥੇ ਅੰਮ੍ਰਿਤਸਰ ਏਅਰਪੋਰਟ 'ਤੇ ਬੋਰਡ ਲੱਗੇ ਆ ਅਤੇ ਫਿਰ ਉਦੋਂ ਦਾ ਹੀ ਇਸ ਫੋਨ 'ਤੇ ਲੱਗਾ ਆ ਹਜੇ ਤੱਕ। ਆਈ ਥਿੰਕ ਪਹਿਲਾਂ ਤਾਂ ਭਾਅ ਜੀ ਤੁਹਾਡਾ ਬਹੁਤ ਧੰਨਵਾਦ ਕਬੱਡੀ 365 ਦਾ, ਤੁਸੀਂ ਇੰਨੀ ਜਲਦੀ ਉਹ ਚੀਜ਼ਾਂ ਸਾਨੂੰ ਬਣਾ ਕੇ ਤਿਆਰ ਕਰ ਦਿੱਤੀ ਅਤੇ ਆਈ ਥਿੰਕ ਇੱਕ ਤਾਂ ਇਹ ਉੱਥੇ ਲਾਉਣ ਲੱਗੇ ਆ ਅਤੇ ਜਦੋਂ ਭਾਅ ਜੀ ਵਿਨਿੰਗ ਟੀਮ ਜਿਹੜੀ ਹੋਊਗੀ ਨਾ ਆਈ ਥਿੰਕ 15 ਤਰੀਕ ਸਵੇਰ ਨੂੰ ਉਹ ਏਅਰਪੋਰਟ 'ਤੇ 5-7 ਹੈਗੇ ਆ ਬੋਰਡਸ ਹੈਗੇ ਆ, ਜਦੋਂ ਤੁਸੀਂ ਟਰੋਲੀ ਜੀ ਲੈ ਕੇ ਬਾਹਰ ਆਉਂਦੇ ਆ ਉੱਥੇ ਵਿਨਿੰਗ ਟੀਮਸ ਦੀਆਂ ਫੋਟੋਜ਼ ਲੱਗਣਗੀਆਂ, ਜਿਹੜੀ ਟੀਮ ਜਿੱਤੂਗੀ ਪਲੱਸ ਬੈਸਟ ਰੇਡਰ ਅਤੇ ਬੈਸਟ ਜਾਫੀ ਦੀਆਂ ਉੱਥੇ ਫੋਟੋਜ਼ ਲੱਗਣਗੀਆਂ ਫੋਰ ਏ ਵੀਕ, ਇੱਕ ਹਫ਼ਤੇ ਤੱਕ ਉੱਥੇ ਚੱਲਦਾ ਰਹੂਗਾ ਤਾਂ ਕਿ ਜੋ ਕੋਈ ਬੰਦਾ ਆਉਂਦਾ ਜਾਂਦਾ। ਅਤੇ ਇਹਦੇ ਨਾਲ ਥੋੜ੍ਹੀ ਭਾਅ ਜੀ ਪ੍ਰਮੋਸ਼ਨ ਕਬੱਡੀ ਦੀ ਵੀ ਹੋਊਗੀ ਵੀ ਹਾਂ ਯਾਰ ਵੀ ਪਲੇਅਰ ਨੂੰ ਵੀ ਹੋਊਗਾ ਵੀ ਮੇਰਾ ਮੈਂ ਵੀ ਐਜ ਏ ਸਟਾਰ ਮੰਨਿਆ ਜਾਂਦਾ ਕਿ ਜਿਹੜਾ ਮੈਂ ਏਅਰਪੋਰਟ ਦੇ ਉੱਤੇ ਮੇਰੀ ਫੋਟੋ ਲੱਗੀ ਹੋਈ ਆ ਵੀ ਲਾਈਕ ਇਹ ਜਿਹੜੀਆਂ ਫਲੈਕਸ ਹੈਗੀਆਂ ਅੰਮ੍ਰਿਤਸਰ ਏਅਰਪੋਰਟ ਦੀਆਂ ਮੋਸਟ ਇੰਪੋਰਟੈਂਟ ਫਲੈਕਸਿਸ ਹੈਗੀਆਂ ਜਿਹੜੀਆਂ ਇਹ ਹੈਗੀਆਂ, ਤੁਸੀਂ ਜਦੋਂ ਉੱਥੇ ਜਾਣਾ ਪਤਾ ਲੱਗ ਹੀ ਜਾਣਾ ਆ। ਅਤੇ ਮੈਨੂੰ ਲੱਗਦਾ ਵੀ ਆਪਾਂ ਸਾਰਿਆਂ ਨੂੰ ਇਹਨੂੰ ਕਬੱਡੀ ਨੂੰ ਪ੍ਰਮੋਟ ਵੀ ਕਰਨਾ ਚਾਹੀਦਾ ਬਹੁਤ ਜ਼ਿਆਦਾ, ਇਹ ਬਹੁਤ ਸੋਹਣੀ ਗੇਮ ਆ ਬਟ ਗ੍ਰਾਫ ਜਿੰਨੀ ਤੇਜ਼ ਉੱਚੀ ਜਾਣਾ ਚਾਹੀਦਾ ਨਾ ਉਹ ਜਾਂਦਾ ਨਹੀਂ ਪਿਆ, ਬਹੁਤ ਸਲੋਅ ਜਾਂਦਾ ਪਿਆ। ਸੋ ਭਲੱਥ ਦੀ ਧਰਤੀ 'ਤੇ ਮੈਂ ਸਾਰੇ ਵੀਰਾਂ ਨੂੰ, ਇਲਾਕਾ ਨਿਵਾਸੀਆਂ ਨੂੰ, ਕਬੱਡੀ ਦੇ ਪ੍ਰੇਮੀਆਂ ਨੂੰ ਖਾਸ ਤੌਰ 'ਤੇ ਬੇਨਤੀ ਕਰਾਂਗਾ ਕਿ 13 ਤਰੀਕ ਅਤੇ 14 ਤਰੀਕ ਨੂੰ ਹੁੰਮਾ ਕੇ ਪਹੁੰਚੋ ਅਤੇ ਸਵਰਗ ਵਾਸੀ ਅਵਤਾਰ ਸਿੰਘ ਬਲ ਸਾਹਿਬ ਦੀ ਯਾਦ ਦੇ ਵਿੱਚ ਸਾਰੀ ਟੀਮ ਖੜ੍ਹੀ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ, ਉਹਨਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਅਤੇ ਇਸ ਕਬੱਡੀ ਕੱਪ ਦੇ ਵਿੱਚ ਪਹੁੰਚ ਕੇ ਇਸ ਕਬੱਡੀ ਕੱਪ ਦੀਆਂ ਰੌਣਕਾਂ ਦੇ ਵਿੱਚ ਵਾਧਾ ਕਰੋ। ਭੋਗਪੁਰ ਤੋਂ ਵੀ ਸਿੱਧਾ ਰੋਡ ਜਿਹੜਾ ਇੱਥੇ ਭਲੱਥ ਨੂੰ ਆਉਂਦਾ ਬਾਈਪਾਸ, ਹਰ ਬੋਰਡ ਦੇ ਉੱਪਰ ਤੁਸੀਂ ਦੇਖੋ ਵੀ ਅਸੀਂ QR ਕੋਡ ਜਿਹੜਾ ਲਗਾਇਆ ਹੋਇਆ। ਸੋ ਲੋਕੇਸ਼ਨ ਦੀ ਵੀ ਅਸੀਂ ਜਿਹੜੀ ਨਾਲ ਐਡਵਰਟਾਈਜ਼ਮੈਂਟ ਦਿੱਤੀ ਆ, ਪਰ ਫਿਰ ਵੀ ਮੈਂ ਦੱਸਣਾ ਚਾਹੁੰਦਾ ਕਿ ਭੋਗਪੁਰ ਤੋਂ ਸਿੱਧਾ ਰੋਡ ਜਿਹੜਾ ਬਾਈਪਾਸ ਜਿਹੜਾ ਗੁਰਦੁਆਰਾ ਸਾਹਿਬ ਦੇ ਮੋਹਰ ਦੀ ਸੜਕ ਜਾਂਦੀ ਹੈ ਬਿਲਕੁਲ ਤੁਸੀਂ ਦੇਖ ਰਹੇ ਹੋ ਸਟੇਡੀਅਮ ਰੋਡ ਦੇ ਉੱਪਰ ਹੈ, ਇੱਧਰੋਂ ਨੜਾਲੇ ਤੋਂ ਵੀ ਸਿੱਧਾ ਰੋਡ ਇੱਥੇ ਆਉਂਦਾ ਅਤੇ ਇੱਧਰੋਂ ਕਰਤਾਰਪੁਰ ਸਾਈਡ ਤੋਂ ਵੀ ਸਿੱਧਾ ਰੋਡ ਭਲੱਥ ਆਉਂਦਾ। ਹਾਂਜੀ ਹਾਂਜੀ, ਥੈਂਕ ਯੂ ਭਾਅ ਜੀ।